ਰੇਲਵੇ ਗਰੁੱਪ ਡੀ ਜਿਨ੍ਹਾਂ ਦਾ CEN ਨੰਬਰ 2/2018, ਮਤਲਬ ਕਿ ਜਿਹੜੀਆਂ ਪੋਸਟਾਂ 2018 ਦੇ ਵਿੱਚ ਆਈਆਂ ਸੀ ਗਰੁੱਪ ਡੀ ਵਾਲੀਆਂ, ਉਹਨਾਂ ਦੀ ਜੋ ਪੇਮੈਂਟ ਹੈ ਮਤਲਬ ਕਿ ਉਹਨਾਂ ਦੀ ਜੋ ਫੀਸਾਂ ਹਨ ਉਹ ਵਾਪਸ ਹੋਣ ਜਾ ਰਹੀਆਂ ਹਨ। ਦੋਸਤੋ ਮੈਂ ਇਹ ਗੱਲ ਕਹੀ ਹੈ ਕਿ ਵਾਪਸ ਹੋਣ ਜਾ ਰਹੀਆਂ ਹਨ, ਮਤਲਬ ਕਿ ਹਜੇ ਵਾਪਸ ਨਹੀਂ ਹੋ ਰਹੀਆਂ। ਪਰ ਰੇਲਵੇ ਵੱਲੋਂ ਇੱਕ ਨਵੀਂ ਹਦਾਇਤ ਇਹ ਆਈ ਹੈ ਕਿ ਜਿਨ੍ਹਾਂ ਦੇ ਫੋਰਮ ਦੇ ਵਿੱਚ ਅਕਾਊਂਟ ਨੰਬਰ ਗਲਤ ਪਿਆ ਹੋਇਆ ਜਾਂ ਫਿਰ ਕਿਸੇ ਕੈਫੇ ਵਾਲੇ ਦਾ ਪਿਆ ਹੋਇਆ ਜਾਂ ਫਿਰ ਕਿਸੇ ਜੋਬ ਪ੍ਰੋਵਾਈਡਰ ਦਾ ਪਿਆ ਹੋਇਆ, ਤਾਂ ਉਹ ਆਪਣਾ ਅਕਾਊਂਟ ਨੰਬਰ ਇਸ ਦੇ ਵਿੱਚ ਸਹੀ ਕਰ ਸਕਦੇ ਹਨ, ਮਤਲਬ ਕਿ ਅਕਾਊਂਟ ਨੰਬਰ ਦੀ ਕਰੈਕਸ਼ਨ ਕਰ ਸਕਦੇ ਹਨ। ਅਤੇ ਇਹ ਜੋ ਕਰੈਕਸ਼ਨ ਕਰਨ ਦੀ ਲਾਸਟ ਡੇਟ ਹੈ ਉਹ ਹੈ 28/3/2019, ਮਤਲਬ ਕਿ 28 ਮਾਰਚ 2019 ਤੱਕ ਤੁਸੀਂ ਆਪਣੇ ਜੋ ਅਕਾਊਂਟ ਨੰਬਰ ਹਨ ਉਹ ਸਹੀ ਕਰ ਸਕਦੇ ਹੋ। ਅਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਇਹ ਜਿਹੜੇ ਅਕਾਊਂਟ ਨੰਬਰ ਤੁਸੀਂ ਸਹੀ ਕਰਨੇ ਹਨ, ਤੁਸੀਂ ਸਭ ਤੋਂ ਪਹਿਲਾਂ ਆਪਣਾ ਫੋਰਮ ਚੈੱਕ ਕਰਨਾ ਹੈ ਅਤੇ ਦੇਖਣਾ ਹੈ ਕਿ ਉਸਦੇ ਵਿੱਚ ਕਿਹੜਾ ਅਕਾਊਂਟ ਨੰਬਰ ਪਿਆ ਹੋਇਆ ਹੈ। ਅਤੇ ਜਦੋਂ ਮੰਨ ਲਓ ਤੁਸੀਂ ਆਪਣਾ ਅਕਾਊਂਟ ਨੰਬਰ ਇਸ ਦੇ ਵਿੱਚ ਸਹੀ ਕਰਨਾ ਹੈ, ਤਾਂ ਤੁਸੀਂ ਆਪਣੇ ਅਕਾਊਂਟ ਨੰਬਰ ਦੇ ਨਾਲ ਨਾਲ ਆਪਣਾ ਅਕਾਊਂਟ ਨੰਬਰ, ਆਪਣੇ ਬੈਂਕ ਦਾ ਨਾਮ ਅਤੇ ਆਪਣੇ ਬੈਂਕ ਦਾ IFSC ਕੋਡ ਸਹੀ ਭਰਨਾ ਹੈ। ਜੇਕਰ ਤੁਸੀਂ ਇਸ ਦੇ ਵਿੱਚ ਤਿੰਨੇ ਚੀਜ਼ਾਂ ਸਹੀ ਭਰਦੇ ਹੋ ਫਿਰ ਹੀ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਉਣਗੇ, ਅਦਰਵਾਈਜ਼ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਨਹੀਂ ਆਉਣਗੇ। ਜੇ ਤੁਸੀਂ 28 ਤਰੀਕ ਤੋਂ ਪਹਿਲਾਂ ਆਪਣਾ ਬੈਂਕ ਦਾ ਅਕਾਊਂਟ ਨੰਬਰ ਚੇਂਜ ਨਹੀਂ ਕੀਤਾ, ਤਾਂ ਇਹ ਜਿਹੜੇ ਪੈਸੇ ਨੇ ਉਹੀ ਅਕਾਊਂਟ ਦੇ ਵਿੱਚ ਆ ਜਾਣਗੇ ਜਿਹੜਾ ਕਿ ਉਹਦੇ ਵਿੱਚ ਹੋਏਗਾ। ਤਾਂ ਹੁਣ ਤੁਹਾਡੇ ਕੋਲ ਇਹ ਸਿਰਫ ਇੱਕ ਲਾਸਟ ਚਾਂਸ ਹੈ ਤੁਹਾਡੀ ਫੀਸ ਹੈ ਜੋ ਉਹ ਵਾਪਸ ਕਰਵਾਉਣ ਦਾ, ਤਾਂ ਜਲਦੀ ਕਰੋ। ਇਸ ਦੀ ਕਰੈਕਸ਼ਨ ਦੇ ਲਈ ਤੁਸੀਂ ਜਾ ਸਕਦੇ ਹੋ ਰੇਲਵੇ ਦੀ ਓਫਿਸ਼ੀਅਲ ਸਾਈਟ rrbcdg.gov.in, ਇਸ 'ਤੇ ਜਾ ਕੇ ਇਸਦਾ ਜੋ ਅੱਗੇ ਤੁਹਾਨੂੰ 22 ਤਰੀਕ ਵਾਲਾ ਨੋਟਿਸ ਦਿਖਾਈ ਦੇਵੇਗਾ ਉਸਦੇ ਉੱਤੇ ਕਲਿੱਕ ਕਰਕੇ ਤੁਸੀਂ ਆਪਣਾ ਅਕਾਊਂਟ ਨੰਬਰ ਸਹੀ ਕਰ ਸਕਦੇ ਹੋ।